ਸਤਿ ਸ਼੍ਰੀ ਅਕਾਲ ਜੀ। ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਹੀ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਫਿਰ ਚੈਨਲ ਫਟਾਫਟ ਸਬਸਕ੍ਰਾਈਬ ਕਰ ਲਓ, ਕਿਉਂਕਿ ਪਹਿਲਾਂ ਹੀ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਮਿਸ ਕਰ ਚੁੱਕੇ। ਅਸੀਂ ਡੇਲੀ 12:05 ਦੇ ਦੁਪਹਿਰੇ ਇੰਡੀਆ ਟਾਈਮ ਦੇ ਤੁਹਾਡੇ ਲਈ ਖੂਬਸੂਰਤ ਆਈਟਮਾਂ ਲੈ ਕੇ ਆਉਂਦੇ ਹਾਂ, ਉਹ ਵੀ ਜੈਨੂਨ ਪ੍ਰਾਈਸ 'ਤੇ। ਠੀਕ ਹੈ ਜੀ। ਅਤੇ ਸੂਟ ਘਰੇ ਮੰਗਾਉਣ ਦਾ ਪ੍ਰੋਸੈਸ ਸਿੰਪਲ ਹੈ ਬਿਲਕੁਲ। ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣਾ ਆਹ ਵਾਲੇ ਨੰਬਰ ਦੇ ਉੱਤੇ, ਉਸ ਤੋਂ ਬਾਅਦ ਜੇ ਤੁਹਾਨੂੰ ਅਵੇਲੇਬਿਲਟੀ ਮਿਲ ਜਾਂਦੀ ਹੈ, ਔਨਲਾਈਨ ਪੇਮੈਂਟ ਕਰਨੀ ਹੈ ਅਤੇ ਆਪਣਾ ਸੂਟ ਦੀ ਵੇਟ ਕਰਨੀ ਹੈ ਐਡਰੈਸ ਭੇਜ ਕੇ। ਐਡਰੈਸ ਜਿੱਥੋਂ ਮਰਜ਼ੀ ਭੇਜੋ, ਪਿੰਡ ਦਾ ਭੇਜੋ ਭਾਵੇਂ ਸ਼ਹਿਰ ਦਾ, ਫ੍ਰੀ ਸ਼ਿਪਿੰਗ ਨਾਲ ਪੂਰੇ ਇੰਡੀਆ 'ਚ ਸਾਡੀ ਸ਼ਿਪਿੰਗ ਆਉਂਦੀ ਹੈ। ਠੀਕ ਹੈ ਜੀ। ਕੋਈ ਐਕਸਟਰਾ ਚਾਰਜਿਸ ਅਸੀਂ ਨਹੀਂ ਲੈਂਦੇ, ਜੋ ਵੀਡੀਓ 'ਚ ਦੱਸਦੇ ਹਾਂ ਉਹੀ ਪ੍ਰਾਈਸ ਹੁੰਦਾ। ਅਤੇ ਜੇ ਤੁਸੀਂ ਸ਼ਾਪ 'ਤੇ ਆਉਣਾ ਚਾਹੁੰਦੇ ਹੋ ਤਾਂ ਫਿਰ ਐਡਰੈਸ ਨੋਟ ਕਰ ਲਓ। ਕਲੀਅਰ ਕਲੋਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋਂ ਫਨਵਰਡ, ਚੀਕੇ ਵਾਲਾ ਮੋੜ, ਪਟਿਆਲਾ। ਸੰਡੇ ਅਸੀਂ ਆਫ ਰੱਖਦੇ ਹਾਂ, ਟਾਈਮ ਹੈ 10 ਤੋਂ 5, ਜਦੋਂ ਵੀ ਆਉਣਾ ਹੈ ਇੱਕ ਫੋਨ ਕਰਨਾ ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਕਈ ਵਾਰੀ ਕੰਮ ਧੰਦੇ ਦੇ ਵਿੱਚ ਟਾਈਮ 'ਚ ਹੇਰ ਫੇਰ ਹੋ ਜਾਂਦੀ ਹੈ, ਇਸ ਕਰਕੇ ਉੱਥੇ ਬਹੁਤ ਜ਼ਰੂਰੀ ਹੈ, ਲਾਜ਼ਮੀ ਤੌਰ 'ਤੇ ਫੋਨ ਇੱਕ ਕਰ ਲੈਣਾ। ਅਤੇ ਲਓ ਜੀ, ਅੱਜ ਆਪਾਂ ਤੁਹਾਨੂੰ ਡਿਫਰੈਂਟ ਡਿਫਰੈਂਟ ਆਈਟਮਾਂ ਦੇਣੀਆਂ ਅਤੇ ਸਿਰਾ ਹੀ ਦੇਣੀਆਂ ਸਾਰੀਆਂ। ਠੀਕ ਹੈ। ਤੁਸੀਂ ਬਹੁਤ ਸਪੋਰਟ ਕਰ ਰਹੇ ਹੋ, ਬਹੁਤ ਪਿਆਰ ਦੇ ਰਹੇ ਹੋ ਵੀਡੀਓਜ਼ ਨੂੰ। ਅਤੇ ਲਓ ਜੀ, ਅੱਜ ਆਪਾਂ ਤੁਹਾਨੂੰ 3-4 ਵਰਾਇਟੀਆਂ ਦੇਵਾਂਗੇ ਅਤੇ ਭੈਣ ਬਣ ਕੇ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ, ਫਿਰ ਤੁਸੀਂ ਸਾਨੂੰ ਕੁਐਰੀਜ਼ ਕਰਦੇ ਹੋ ਨਾ ਤਾਂ ਸਾਨੂੰ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਅਸੀਂ ਕਿੰਨੇ ਬੰਦਿਆਂ ਨੂੰ ਜਵਾਬ ਦੇਣਾ ਹੁੰਦਾ। ਤਾਂ ਨਿੱਕੀ ਨਿੱਕੀ ਕੁਐਰੀ ਨਾਲ ਤੁਹਾਡੇ ਲਈ ਉਹ ਇੱਕ ਸਵਾਲ ਹੁੰਦਾ, ਸਾਡੇ ਲਈ ਉਹ ਬਹੁਤ ਜਣਿਆਂ ਦੇ ਸਵਾਲ ਬਣ ਜਾਂਦੇ। ਇਸ ਲਈ ਅਸੀਂ ਹਰੇਕ ਵੀਡੀਓ ਡਿਟੇਲ 'ਚ ਲੈ ਕੇ ਜਾਂਦੇ ਹਾਂ ਨਾ, ਵੀ 5 ਮਿੰਟ ਵੱਧ ਲੱਗ ਜਾਣ, ਸਕਿੱਪ ਕਰਕੇ ਵੀਡੀਓ ਨਹੀਂ ਦੇਖਣੀ। ਲਓ ਜੀ, ਪਹਿਲਾਂ ਜਿਹੜਾ ਸੂਟ ਸ਼ੁਰੂ ਕਰਨ ਲੱਗੇ ਹੈ ਇਹ ਹੈ ਜੀ ਲੌਨ ਕਾਟਨ ਬਾਏ ਰੀਵਾ। ਠੀਕ ਹੈ। ਬੋਟਮ ਵਰਕ ਮਿਲੂਗਾ ਤੁਹਾਨੂੰ, ਦੇਖੋ ਪਹਿਲਾਂ ਤਾਂ ਸੈਲਫ ਪ੍ਰਿੰਟਿੰਗ ਵਿੱਚ, ਫਿਰ ਉਹਦੇ ਉੱਤੇ ਇਹ ਵਰਕ ਹੋਇਆ ਹੋਇਆ, ਥਰਡ ਵਰਕ ਹੋਇਆ ਹੋਇਆ। ਬੋਟਮ ਦੇ ਉੱਤੇ 2.5 ਮੀਟਰ ਦਾ ਕੱਟ ਹੋਊਗਾ, ਵਿਦਾਊਟ ਲਾਈਨਿੰਗ ਬਣੂਗਾ ਅਤੇ ਆ ਇਹਦੇ ਨਾਲ ਪੂਰਾ ਖਿੱਚਵਾਂ ਪ੍ਰਿੰਟ। ਲਓ ਜੀ, ਆਹ ਤੁਹਾਨੂੰ ਪ੍ਰਿੰਟ ਮਿਲੂ, ਇਹਦੇ ਨਾਲ ਬਹੁਤ ਸੋਹਣਾ ਜਿਹਾ ਸੂਟ ਬਣੂਗਾ ਤੁਹਾਡਾ। ਹਲੇ ਇਹਦੇ ਨਾਲ ਤੁਹਾਨੂੰ ਦੁਪੱਟਾ ਦੇਣਾ ਆਪਾਂ। ਠੀਕ ਹੈ। ਲੌਨ ਕਾਟਨ ਬਾਏ ਰੀਵਾ, ਮਸਲੀਨ ਦਾ ਦੁਪੱਟਾ ਦੇਣਾ ਤੁਹਾਨੂੰ ਇਹਦੇ ਨਾਲ, ਅਤੇ ਆਹ ਖੂਬਸੂਰਤ ਪ੍ਰਿੰਟਿੰਗ। ਠੀਕ ਹੈ। ਮਸਲੀਨ ਪਤਲੀ ਵਾਲੀ ਹੈ, ਦੇਖ ਲਓ। ਠੀਕ ਹੈ। ਅਤੇ ਆਹ ਪ੍ਰਿੰਟਿੰਗ ਮਿਲੂਗੀ ਤੁਹਾਨੂੰ, ਕੋਈ ਲੇਸ ਨਹੀਂ, ਕੋਈ ਕੁਛ ਨਹੀਂ। 2.40 ਦੁਪੱਟਾ ਹੁੰਦਾ, 2.5-2.5 ਦੇ ਕੱਟ ਹੁੰਦੇ ਆ ਸ਼ਰਟ ਦੇ ਅਤੇ ਬੋਟਮ ਦੇ। ਠੀਕ ਹੈ। ਅਤੇ ਪ੍ਰਾਈਸ ਤੁਹਾਨੂੰ ਇਹਦਾ ਮਿਲਣਾ ਹੈ ਸਿਰਫ 2160 ਰੁਪਏ। 2160 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜੂਗਾ ਵਿਦ ਬੋਟਮ ਵਰਕ। ਠੀਕ ਹੈ ਜੀ। ਇਹ ਸੀ ਇੱਕ ਕਲਰ, ਸਾਰਿਆਂ ਦੇ ਵਿੱਚ ਸਾਡੇ ਕੋਲ 2-2 ਸੂਟ ਹੋਣਗੇ, ਕਈ ਵਾਰੀ ਸੇਮ ਚਾਹੀਦਾ ਹੁੰਦਾ ਤਾਂ ਇੱਕ ਵਾਰੀ ਪੁੱਛ ਲੈਣਾ। ਲਓ ਜੀ, ਅਗਲੇ ਦੇ ਵਿੱਚ ਇਹ ਕਲਰ ਕੰਬੀਨੇਸ਼ਨ ਆ ਗਿਆ, ਇਹ ਆ ਗਿਆ ਬੋਟਮ ਵਰਕ, ਇਹ ਆ ਗਿਆ ਗਾਜਰੀ ਜੀ ਟੋਨ ਹੈ। ਥੋੜ੍ਹਾ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ, ਫੈਬਰਿਕ ਏ ਕਲਾਸ ਆਊਗਾ ਰੀਵਾ ਵਾਲਿਆਂ, ਤੁਹਾਨੂੰ ਪਤਾ ਲਾਈਟ ਵੇਟ ਫੈਬਰਿਕ ਬਣਾਉਂਦਾ, ਲੌਨ ਕਾਟਨ ਬਹੁਤ ਸੋਹਣਾ ਫੈਬਰਿਕ ਹੁੰਦਾ। ਠੀਕ ਹੈ। ਹਲੋ, ਬਹੁਤ ਹੀ ਸੋਹਣਾ, ਵਿੱਚ ਬੇਸ ਜਿਹੜਾ ਹੈ ਉਹ ਹਲਕਾ ਜਿਹਾ ਬੇਸ ਰੱਖ ਕੇ ਉਹਦੇ ਉੱਤੇ ਘਰਮ ਘਰਾਲੇ ਜਿਹੇ ਬਣਾਏ ਹੋਏ, ਜਿਹੜੇ ਬਹੁਤ ਪਿਆਰੇ ਲੱਗ ਰਹੇ ਆ। ਅਤੇ ਮਸਲੀਨ ਦਾ ਦੁਪੱਟਾ ਲਓ, ਦੇਖੋ ਬਹੁਤ ਸੋਹਣੀ ਲੁੱਕ ਆਉਣੀ ਸੂਟ ਦੀ ਬਣ ਕੇ। ਅਤੇ ਪ੍ਰਾਈਸ ਮਿਲੂਗਾ ਤੁਹਾਨੂੰ 2160। ਠੀਕ ਹੈ ਜੀ। ਅਗਲਾ ਆ ਹੋਊਗਾ ਬੋਟਮ ਵਰਕ, ਕਲਰ ਤੁਸੀਂ ਨੋਟ ਕਰ ਲਓ। ਅਤੇ ਆਹ ਤੁਹਾਨੂੰ ਮਿਲੂਗਾ ਇਹਦਾ ਪ੍ਰਿੰਟ ਸ਼ਰਟ ਦਾ। ਠੀਕ ਹੈ ਜੀ। ਜਿਹੜਾ ਮਰਜ਼ੀ ਤੁਹਾਡਾ ਏਜ ਗਰੁੱਪ ਹੈ, ਬਹੁਤ ਪਿਆਰਾ ਸੂਟ ਬਣਨਾ ਤੁਹਾਡਾ, ਕਿਉਂਕਿ ਕਲਰ ਬਿਲਕੁਲ ਵੀ ਡਾਰਕ ਨਹੀਂ ਲੱਗਿਆ ਹੋਇਆ ਕੋਈ ਵੀ ਇਹਨੂੰ। ਅਤੇ ਆਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ, ਜਿਹੜਾ ਮੈਂ ਪਹਿਲੇ ਨੰਬਰ 'ਤੇ ਖੋਲਿਆ ਸੀ, ਸ਼ਾਇਦ ਉਹਦਾ ਹੀ ਕਲਰ ਹੈ ਇਹ। ਹਾਂ, ਠੀਕ ਹੈ ਜੀ।
ਤੇ ਅਗਲਾ ਤੁਹਾਨੂੰ ਮੈਂ ਦਿਖਾਉਣੀ ਹੈ, ਇੱਕ ਉਹਦੇ 'ਚ ਹੋਰ ਕਲਰ ਹੈ ਜਿਹੜਾ ਪਹਿਲੇ ਹੁਣ ਤੁਹਾਨੂੰ ਖੋਲ੍ਹ ਕੇ ਦਿਖਾਇਆ, ਜਾਮਣੀ ਜਿਹਾ। ਠੀਕ ਹੈ, ਦੇਖ ਲਓ ਬਹੁਤ ਪਿਆਰਾ ਸੂਟ ਬਣਨਾ ਤੁਹਾਡਾ। ਆ ਇਹਦਾ ਕਲਰ ਕੋਂਬੀਨੇਸ਼ਨ, ਇੱਕ ਇਹਦੇ 'ਚ ਤੁਹਾਨੂੰ ਫਿਰੋਜ਼ੀ ਕਲਰ ਦਿੱਤਾ ਮੈਂ, ਇੱਕ ਤੁਹਾਨੂੰ ਉਹ ਸਕਿਨ, ਹਾਂ ਸਕਿਨ ਜਿਹਾ ਦਿੱਤਾ, ਅਤੇ ਇੱਕ ਆ ਜਾਮਣੀ ਜਿਹਾ। ਠੀਕ ਹੈ ਜੀ, ਅਤੇ ਆ ਇਹਦਾ ਦੁਪੱਟਾ ਹੁਣ ਮੈਂ ਤੁਹਾਨੂੰ ਇਕੱਠੇ ਵੀ ਰੱਖ ਕੇ ਦਿਖਾ ਦਿੰਦੀ ਹਾਂ ਤਿੰਨੋਂ, ਪਰ ਜਦੋਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣਾ ਉਦੋਂ ਸਾਨੂੰ ਸਿੰਗਲ ਸਿੰਗਲ ਦਾ ਹੀ ਭੇਜਣਾ, ਮਿਕਸ ਕਰਕੇ ਨਹੀਂ ਭੇਜਣਾ। ਠੀਕ ਹੈ, ਫਿਰ ਉਹਦੀ ਸਾਨੂੰ, ਵੈਸੇ ਮੈਂ ਤੁਹਾਨੂੰ ਚੁਆਇਸ ਵਾਸਤੇ ਦਿਖਾਤਾ ਇਹ। ਠੀਕ ਹੈ ਜੀ, ਇੱਕ ਆਹ ਕਲਰ ਹੈ, ਤਿੰਨ ਕਲਰ ਨੇ ਇਹਦੇ 'ਚ। ਠੀਕ ਹੈ, ਅਤੇ ਪ੍ਰਾਈਸ 2160। ਲਓ ਜਿਹੜਾ ਦੂਜੇ ਨੰਬਰ 'ਤੇ ਦਿਖਾਇਆ ਸੀ ਉਹਦੇ 'ਚ ਇੱਕ ਕਲਰ ਇਹ ਹੈ, ਆਹ ਲਓ ਬਹੁਤ ਸੋਹਣਾ ਕਲਰ ਹੈ ਇਹ, ਬਿਊਟੀਫੁਲ ਕਲਰ ਦੇ ਪੈਸੇ ਹੈ। ਠੀਕ ਹੈ, ਲਓ ਆ ਇਹਦਾ ਹੋ ਗਿਆ ਦੁਪੱਟਾ। ਠੀਕ ਹੈ ਜੀ, ਜਿਹੜਾ ਤੁਹਾਨੂੰ ਮੈਂ ਹੁਣੇ ਹੀ ਦਿਖਾਇਆ, ਮਸਲੀਨ ਦੇ ਦੁਪੱਟੇ, ਪਤਲੀ ਮਸਲੀਨ ਦੇ, ਅਤੇ ਆ ਇਹਨਾਂ ਦੇ ਸੂਟ ਨੇ। 2110 'ਚ ਸੂਟ ਤੁਹਾਡੇ, ਸੋਰੀ 2160 'ਚ ਸੂਟ ਤੁਹਾਡੇ ਘਰ। ਇੱਕ ਕਲਰ ਦੇ ਵਿੱਚ ਇਹ ਹੈ ਮਸਟਰਡ ਜਿਹਾ, ਪਿਆਰਾ ਜਿਹਾ ਸੂਟ ਹੈ, ਬਿਲਕੁਲ ਵੀ ਡਾਰਕ ਨਹੀਂ ਹੈ, ਏ ਕਲਾਸ ਚੀਜ਼ਾਂ ਨੇ, ਮਿੰਟੋ ਮਿੰਟੀ ਮਿੰਟ ਇੱਕ ਹੀ ਲਾਉਣਾ ਹੈ, ਰੀਵਾ ਦਾ ਲੌਂਗ ਕੋਟਨ। ਠੀਕ ਹੈ ਜੀ, 2160 ਦੇ ਵਿੱਚ ਵਿਦ ਦੁਪੱਟਾ ਬੋਟਮ ਵਰਕ ਨਾਲ ਸੂਟ ਤੁਹਾਡੇ ਘਰ ਪਹੁੰਚਣਾ। ਲਓ ਜੀ ਕਲਰ ਨੋਟ ਕਰ ਲਓ, ਆਹ ਵਾਲੇ ਕਲਰ ਨੇ ਤਿੰਨ ਦੇ। ਠੀਕ ਹੈ, ਪਰ ਪਿੱਕ ਅਲੱਗ ਅਲੱਗ ਹੀ ਭੇਜਣੀ ਹੈ, ਅਤੇ ਸੂਟ ਸਾਰੇ ਦੋ ਦੋ ਨੇ ਸਾਡੇ। ਆਲ ਓਵਰ ਟੈਬੀ ਲਾਈਨਿੰਗ ਹੈ ਇਹ, ਪ੍ਰੀਮੀਅਮ ਟੈਬੀ ਲਾਈਨਿੰਗ ਹੈ ਇਹ। ਠੀਕ ਹੈ, ਬਹੁਤ ਪਿਆਰਾ ਫੈਬਰਿਕ ਹੈ, ਲਾਈਨਿੰਗ ਲਾ ਕੇ ਬਣੂਗਾ, ਤੁਹਾਨੂੰ ਵੀ ਪਤਾ ਹੈ। ਠੀਕ ਹੈ, ਇਹ ਵਿਦਆਊਟ ਦੁਪੱਟਾ ਰਹੂਗਾ ਆਲ ਓਵਰ, ਅਤੇ ਇਹਦਾ ਪ੍ਰਾਈਸ ਰਹੂਗਾ 2000, ਪੂਰਾ 2000 ਦਾ ਸੂਟ ਹੈ ਜੀ ਇਹ। ਠੀਕ ਹੈ, 5 ਮੀਟਰ ਹੋਊਗਾ, ਏ ਕਲਾਸ ਫੈਬਰਿਕ ਤੁਹਾਡੇ ਕੋਲ ਆਉਣਾ ਹੈ। ਠੀਕ ਹੈ ਜੀ, ਲਓ ਇੱਕ ਇਹ ਕਲਰ ਹੈ, ਲਓ ਜੀ ਅਗਲਾ ਦੇਖੋ, ਮਾਊਸ ਜਿਹਾ ਕਲਰ ਹੈ, ਬਹੁਤ ਸਰਦਾ ਹੈ ਉਹ, ਬਹੁਤ ਜੇ ਤੁਸੀਂ ਸੀਨੀਅਰ ਹੋ ਨਾ ਤਾਂ ਬਹੁਤ ਹੀ ਪਿਆਰੀ ਜਿਹੀ ਚੀਜ਼ ਹੈ, ਕਿਉਂਕਿ ਹਲਕਾ ਹਲਕਾ ਇਹਦੇ 'ਚ ਜਿਹੜਾ ਪੀਚੀ ਗਾਜਰੀ ਜਿਹਾ ਕਲਰ ਦਿੱਤਾ ਹੈ ਉਹਨੇ, ਇਹਨੂੰ ਬਹੁਤ ਹੀ ਰੌਣਕ ਜੀ ਵਾਲਾ ਸੂਟ ਬਣਾਤਾ, ਭਾਵੇਂ ਸੀਨੀਅਰਸ ਲਈ ਬਣਿਆ ਹੋਇਆ ਸੂਟ ਇਹ, ਪਾ ਤਾਂ ਕੋਈ ਲਓ, ਐਂ ਨਹੀਂ ਕਿ ਮੈਂ ਜੇ ਸੀਨੀਅਰ ਕਹਿਤਾ ਤਾਂ ਸੀਨੀਅਰਸ ਲਈ, ਮੈਂ ਸੀਨੀਅਰਸ ਲਈ ਮੈਂ ਤਾਂ ਕਹਿ ਦਿੰਦੀ ਹੁੰਦੀ ਹਾਂ ਕਿਉਂਕਿ ਉਹਨਾਂ ਕੋਲ ਚੁਆਇਸ ਘੱਟ ਹੁੰਦੀ ਹੈ। ਠੀਕ ਹੈ, ਤਾਂ ਆ ਬੈਸਟ ਚੁਆਇਸ ਦਾ ਸੂਟ ਮਿਲੂਗਾ ਤੁਹਾਨੂੰ ਸਿਰਫ 2000 'ਚ, 5 ਮੀਟਰ। ਠੀਕ ਹੈ ਜੀ, ਅਗਲਾ ਆ ਗਿਆ ਜੀ, ਲਓ ਥੋੜ੍ਹਾ ਥੋੜ੍ਹਾ ਪ੍ਰਿੰਟ ਜ਼ਿਆਦਾ ਖੋਲ੍ਹ ਕੇ ਦਿਖਾਉਂਗੀ, ਲਓ ਬਹੁਤ ਪਿਆਰਾ ਜਿਹਾ ਕਲਰ ਹੈ ਦੁਪੱਟਾ, ਜੇ ਵੈਸੇ ਤੁਸੀਂ ਜਿਹੜਾ ਮਰਜ਼ੀ ਕਰ ਸਕਦੇ ਹੋ, ਪਰ ਇਹਦਾ ਬੇਸ ਕਲਰ ਮਸਟਰਡ ਹੈ। ਠੀਕ ਹੈ ਜੀ, ਪੜ੍ਹਿਆ ਲਿਖਿਆ ਜਿਹਾ ਪ੍ਰਿੰਟ, ਅਤੇ ਲਾਈਟ ਵੇਟ ਫੈਬਰਿਕ। ਠੀਕ ਹੈ, ਏ ਕਲਾਸ, ਸਿਰਫ 2000 'ਚ ਤੁਹਾਡੇ ਘਰ ਆ ਜੂਗਾ। ਲਓ ਜੀ ਅਗਲਾ, ਇਹ ਪ੍ਰੀਮੀਅਮ ਟੈਬੀ ਲਾਈਨਿੰਗ ਦਾ ਸੂਟ ਮਿਲੂਗਾ ਤੁਹਾਨੂੰ, ਕੰਪਨੀ ਦਾ ਮਾਰਕ ਹੈ ਸਾਡੇ ਬਣੀ ਹੋਣੀ, ਇੱਥੇ ਲਿਖਿਆ ਆਊਗਾ। ਠੀਕ ਹੈ, ਪ੍ਰੀਮੀਅਮ ਟੈਬੀ ਲਾਈਨਿੰਗ। ਠੀਕ ਹੈ ਜੀ, ਅਤੇ ਆਹ ਤੁਹਾਨੂੰ ਮਿਲ ਰਿਹਾ ਇਹਦਾ ਪ੍ਰਿੰਟ, 5 ਮੀਟਰ ਆਲ ਓਵਰ ਸੂਟ ਹੈ, ਵਿਦਆਊਟ ਦੁਪੱਟਾ ਹੈ, ਦੁਪੱਟਾ ਤੁਹਾਨੂੰ ਚਾਹੀਦਾ ਹੋਊਗਾ, ਅਸੀਂ ਤੁਹਾਨੂੰ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਡਾਈ ਕਰਾ ਕੇ ਨਾਲ ਦੇ ਦਾਂਗੇ। ਟੈਬੀ ਲਾਈਨਿੰਗ ਦਾ ਦੁਪੱਟਾ ਅਸੀਂ ਦਿੰਦੇ ਹਾਂ 400 ਦਾ। ਠੀਕ ਹੈ, ਵਿਦਆਊਟ ਡਾਈ, ਡਾਈ ਤੁਸੀਂ ਟਾਈ ਡਾਈ ਕਰਾਓ, ਸਿੰਗਲ ਡਾਈ ਕਰਾਓ, ਬਹੁਤ ਪਿਆਰਾ ਸੂਟ ਤੁਹਾਡਾ ਬਣ ਜਾਣਾ। ਠੀਕ ਹੈ, 2000 ਦੇ ਵਿੱਚ ਅਸੀਂ ਤੁਹਾਨੂੰ ਸੂਟ ਦੇ ਦੇਣਾ। ਅਗਲਾ ਦੇਖੋ, ਅਗੇਨ ਇਹ ਏਕੇਟੈਕਸ ਦਾ ਟੈਬੀ ਲਾਈਨਿੰਗ ਹੈ ਜੀ ਇਹ। ਠੀਕ ਹੈ, ਹਲੋ ਦੇਖੋ ਬਹੁਤ ਪਿਆਰਾ ਜਿਹਾ ਕਲਰ ਕੋਂਬੀਨੇਸ਼ਨ ਹੈ, ਮੋਰ ਪੰਖੀ ਜਿਹਾ ਵੀ ਲੱਗ ਰਿਹਾ ਅਤੇ ਗ੍ਰੇ ਜਿਹਾ ਵੀ ਲੱਗ ਰਿਹਾ, ਵਾਈਨ ਵੀ ਲੱਗ ਰਿਹਾ, ਸਾਰੇ ਕਲਰ ਨੇ। ਜਿਹੜਾ ਕਲਰ ਤੁਹਾਡੇ ਕੋਲ ਘੱਟ ਹੋਇਆ ਉਹਦੇ ਨਾਲ ਦਾ ਦੁਪੱਟਾ ਡਾਈ ਕਰਾ ਲਿਓ।
ਤੇ ਸੂਟ ਚੋ ਹੀ ਝਲਕ ਮਾਰਨ ਲੱਗ ਜੂਗੀ। ਪ੍ਰਾਈਸ ਸਿਰਫ 2000। ਬਿਲਕੁਲ ਬੇਫਿਕਰ ਹੋ ਕੇ ਚੀਜ਼ ਪਿੱਕ ਕਰਨੀ ਹੈ, ਏ ਕਲਾਸ ਚੀਜ਼ ਆਊਗੀ ਤੁਹਾਡੇ ਕੋਲ। ਟੈਬੀ ਲਾਈਨਿੰਗ ਦਾ ਦੁਪੱਟਾ ਤੁਸੀਂ ਡਾਈ ਕਰਾ ਕੇ ਜੇ ਸਿੰਗਲ ਕਲਰ ਵੀ ਕਰਾਉਂਗੇ ਤਾਂ ਵੱਧ ਤੋਂ ਵੱਧ 500 'ਚ ਹੋਜੂ ਵਿਦ ਡਾਈ, 400 ਦੁਪੱਟਾ ਅਤੇ 500 ਰੁਪਇਆ ਹੋਰ ਲਾ ਕੇ ਤੁਹਾਡਾ 2500 ਦੇ ਵਿੱਚ ਤੁਹਾਡਾ ਸੂਟ ਵਿਦ ਦੁਪੱਟਾ ਡਨ ਹੋ ਜੂਗਾ। ਠੀਕ ਹੈ, ਸਾਥੋਂ ਡਾਈ ਕਰਾਉਣੀ ਹੋਈ ਡਾਈ ਕਰਾਉਣੀ ਦੱਸ ਦਿਓ। ਆਹ ਲਓ ਜੀ, ਇਹ ਤੁਹਾਨੂੰ ਮਿਲ ਰਿਹਾ ਅਗਲਾ ਕਲਰ, ਬਹੁਤ ਹੀ ਪਿਆਰਾ ਜਿਹਾ, ਨੀਚੇ ਕਰੀਮੀ ਜਿਹਾ ਕਲਰ ਹੈ, ਬੇਸ ਚਿੱਟਾ ਕਰੀਮ ਨਹੀਂ ਹੈ ਜ਼ਿਆਦਾ, ਠੀਕ ਹੈ, ਸਕਿਨੀ ਕਰੀਮ ਜਿਹਾ ਹੈ ਅਤੇ ਉਹਦੇ ਉੱਤੇ ਡਿਫਰੈਂਟ ਜਿਹੇ ਕਲਰ ਦੇ ਪ੍ਰਿੰਟਿੰਗ, ਸਿਰਫ 2000 'ਚ ਸੂਟ ਤੁਹਾਡੇ ਘਰ। ਲਓ ਜੀ ਅਗਲਾ ਦੇਖ ਲਓ, ਮਾਊਸ ਅਤੇ ਆਹ ਪ੍ਰਿੰਟ ਤੁਹਾਨੂੰ ਦੇਣਾ ਹੈ ਆਪਾਂ। ਇਹ ਸਾਡੇ ਕੋਲ ਹੁਣ ਮੈਨੂੰ ਲੱਗਦਾ ਸਿੰਗਲ ਸਿੰਗਲ ਰਹਿ ਗਏ ਹੋਏ ਆ, ਹਾਂ ਹੁਣ ਇਹ ਸਿੰਗਲ ਸਿੰਗਲ ਨੇ ਸਾਡੇ ਕੋਲ, ਜਦੋਂ ਹੀ ਦੇਖਣਾ ਅਤੇ ਜੇ ਮਨ ਕਰਦਾ ਤਾਂ ਨਾਲ ਦੀ ਨਾਲ ਹੀ ਪਿੱਕ ਕਰ ਲੈਣਾ। ਜੋ ਅਸੀਂ ਦਿਖਾ ਰਹੇ ਹਾਂ, ਜੋ ਦੱਸ ਰਹੇ ਹਾਂ, ਉਹੀ ਚੀਜ਼ ਤੁਹਾਡੇ ਕੋਲ ਆਊਗੀ। ਕਲਰ ਦੇ ਵਿੱਚ 19-21 ਤੋਂ ਵੱਧ ਫਰਕ ਨਹੀਂ ਆਉਂਦਾ, ਉਹ ਜਿਹੜਾ ਕੈਮਰਾ ਟੂ ਕੈਮਰਾ ਚੇਂਜ ਹੋ ਜਾਂਦਾ, ਇਸ ਤੋਂ ਜ਼ਿਆਦਾ ਨਹੀਂ। ਕਦੇ ਵੈਸੇ ਸਾਨੂੰ ਕੋਈ ਕੰਪਲੇਂਟ ਆਈ ਨਹੀਂ ਗੀ ਕਲਰ ਦੀ, ਠੀਕ ਹੈ, ਕਦੇ ਵੀ ਅੱਜ ਤੱਕ ਸੇਮ ਹੀ ਚੀਜ਼ ਤੁਹਾਡੇ ਕੋਲ ਆਊਗੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲਓ ਜੀ, ਬਹੁਤ ਪਿਆਰਾ ਜਿਹਾ ਮਾਊਸ ਜਾਂ ਡਾਰਕ ਮਾਊਸ ਜਿਹਾ ਕਲਰ ਰੱਖ ਕੇ ਉਹਦੇ ਉੱਤੇ ਕਲਰਫੁੱਲ ਪ੍ਰਿੰਟਿੰਗ ਕੀਤੀ ਹੈ, ਸਿਰਫ 2000 'ਚ ਏ ਕਲਾਸ ਆਈਟਮ ਘਰੇ ਆਜੂਗੀ ਤੁਹਾਡੇ। ਲਓ ਜੀ, ਹੁਣ ਤੁਹਾਨੂੰ ਦਿਖਾਉਂਦੇ ਹਾਂ ਸਿਮਰ ਬ੍ਰਾਂਡ ਦੇ, 10 ਗਰੁੱਪ ਵਾਲਿਆਂ ਦੇ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਦੇ ਹਾਂ ਅਸੀਂ, ਸਿਮਰ ਬ੍ਰਾਂਡ ਦੇ ਸੂਟ ਹੋਣਗੇ। ਜਿਹੜਾ ਹੁਣ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੀ ਹਾਂ ਇਹਦਾ ਹੀ ਅਸੀਂ ਆਹ ਦਿਖਾਊਂਗੀ, ਬਹੁਤ ਪਿਆਰਾ ਸੂਟ ਦੇਣਾ ਤੁਹਾਨੂੰ, ਤਿਉਹਾਰ ਸ਼ੁਰੂ ਹੋ ਰਹੇ ਨੇ, ਠੀਕ ਹੈ। ਇਹ ਦੇਵਾਂਗੇ ਜੀ ਤੁਹਾਨੂੰ ਕਰੇਪ 'ਤੇ, ਠੀਕ ਹੈ, ਸਿਮਰ ਬ੍ਰਾਂਡ ਦੀ ਕਰੇਪ ਹੋਊਗੀ। ਲਓ, ਠੀਕ ਹੈ, ਬਹੁਤ ਪਿਆਰਾ ਫੈਬਰਿਕ ਆਊਗਾ ਤੁਹਾਡੇ ਕੋਲ ਇਸ ਤਰ੍ਹਾਂ। ਇਹਦੇ ਉੱਤੇ ਪਹਿਲਾਂ ਤਾਂ ਪ੍ਰਿੰਟਿੰਗ ਐਂਡ ਕਲਰ ਬਹੁਤ ਸੋਹਣਾ ਹੈ, ਫਿਰ ਇਹਦੇ ਗਲੇ 'ਤੇ ਇੱਕ ਵਰਕ ਵਾਲੀ ਪੱਟੀ ਹੈ, ਠੀਕ ਹੈ, ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਦਾ ਕੱਟ ਵਰਕ ਹੈ, ਥਰੈਡ ਵਰਕ ਦੇ ਨਾਲ ਕੱਟ ਵਰਕ ਹੋਇਆ ਹੋਇਆ, ਠੀਕ ਹੈ, ਅਤੇ ਪੂਰਾ ਐਨ ਲਸ਼ ਲਸ਼ ਕਰਦਾ ਸੂਟ। 29 ਤੱਕ ਇਹਦੇ 'ਤੇ ਘੇਰੇ 'ਤੇ ਕੰਮ ਹੋਇਆ ਹੋਇਆ, ਠੀਕ ਹੈ ਜੀ, ਅਤੇ ਆਹ ਤੁਹਾਨੂੰ ਮਿਲੂਗਾ ਇਹਦੇ ਨਾਲ ਕਰੇਪ ਦੀ ਹੀ ਬੋਟਮ, ਠੀਕ ਹੈ, ਅਤੇ ਨਾਲ ਦੁਪੱਟਾ ਚਨੌਨ ਦਾ, ਠੀਕ ਹੈ ਜੀ, ਚਨੌਨ ਦਾ ਦੁਪੱਟਾ ਅਤੇ ਉਹਨੂੰ ਕੀਤਾ ਹੋਇਆ ਹਾਈਲਾਈਟ ਇਸ ਤਰ੍ਹਾਂ, ਠੀਕ ਹੈ, ਸੀਕੁਐਂਸ ਵਰਕ ਜਿਹਾ ਦਿੱਤਾ ਹੋਇਆ, ਫੁੱਲ ਹੋਏ ਹੋਏ ਆ ਵਿੱਚ, ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਂਦੀ ਹਾਂ ਫਿਰ, ਠੀਕ ਹੈ, ਇਹ ਤੁਹਾਨੂੰ ਇਹਦੇ ਵਿੱਚ ਇਸ ਤਰ੍ਹਾਂ ਲਸ਼ ਲਸ਼ ਕਰਦੇ ਫੁੱਲ ਮਿਲਣਗੇ, ਕਿੰਨੇ ਕੁ ਮਿਲਣਗੇ ਉਹ ਤੁਹਾਨੂੰ ਪੁੱਠਾ ਪਾਸਾ ਕਰਕੇ ਦਿਖਾਉਂਦੀ ਹਾਂ ਮੈਂ। ਹਲੋ, ਜਿੰਨੇ ਤੁਹਾਨੂੰ ਫੁੱਲ ਦਿਖ ਰਹੇ ਚਿੱਟੇ ਰੰਗ ਦੇ, ਇਹ ਸਾਰੇ ਇਹਦੇ ਵਿੱਚ ਇਸ ਤਰ੍ਹਾਂ ਦਿਖਣਗੇ, ਠੀਕ ਹੈ, ਆਹ ਦੇਖੋ ਕ੍ਰੋਸ ਸਟਿਚ ਦਾ ਕੰਮ ਜਿਹਾ ਹੋਇਆ ਹੋਇਆ ਅਤੇ ਵਿੱਚ ਹਲਕਾ ਹਲਕਾ ਲਸਟਰ ਹੈ ਵਿੱਚ ਸੀਕੁਐਂਸ ਵਰਕ ਦਾ, ਠੀਕ ਹੈ, ਅਤੇ ਇਹ ਤੁਹਾਨੂੰ ਮਿਲ ਰਿਹਾ ਜੀ ਸਿਰਫ 2260 ਰੁਪਏ ਦਾ, 2260 'ਚ ਸੂਟ ਤੁਹਾਡੇ ਘਰ। ਮੈਂ ਇਹਨਾਂ ਦੇ ਅਲੱਗ ਅਲੱਗ ਕਲਰ ਐਂਡ ਉਹ ਦਿਖਾਉਂਦੀ ਹਾਂ, ਪਹਿਲਾਂ ਜਿਹੜਾ ਤੁਹਾਨੂੰ ਸੂਟ ਦਿਖਾਇਆ ਉਹਦੀ ਫੋਟੋ ਦੇਖ ਲਓ, ਆਹ ਦੇਖੋ, ਠੀਕ ਹੈ, ਹੁਣ ਤੁਹਾਨੂੰ ਮੈਂ ਇਹਦਾ ਅਗਲਾ ਡਿਜ਼ਾਈਨ ਦਿਖਾਉਣੀ ਹੈ। ਲਓ ਜੀ, ਫੈਬਰਿਕ ਬਹੁਤ ਸੋਹਣੇ ਹੈਨ, ਏ ਕਲਾਸ, ਠੀਕ ਹੈ, ਨੈਚੁਰਲ ਕਰੇਪ ਦੇ ਉੱਤੇ ਬਣਿਆ ਹੋਇਆ ਸੋਫਟ, ਆਹ ਇਹਦੀ ਬੋਟਮ, ਅਤੇ ਆਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ, ਠੀਕ ਹੈ, ਖੋਲ੍ਹ ਕੇ ਦਿਖਾ ਦਿੰਦੀ ਹਾਂ ਤੁਹਾਨੂੰ, ਇਹਦੇ ਡਿਫਰੈਂਟ ਪ੍ਰਿੰਟਿੰਗ ਹੈ ਇਸ ਕਰਕੇ ਦੁਪੱਟਾ ਤੁਹਾਨੂੰ ਪੂਰਾ ਖੋਲ੍ਹ ਕੇ ਦਿਖਾਉਂਗੀ ਮੈਂ, ਬਹੁਤ ਏ ਕਲਾਸ ਚੀਜ਼ਾਂ ਨੇ। ਲਓ, ਚਨੌਨ ਦੇ ਦੁਪੱਟਿਆਂ ਦੇ ਨਾਲ ਖੁੱਲ੍ਹੇ ਡੁੱਲੇ, ਅਤੇ ਆਹ ਤੁਹਾਨੂੰ ਡਿਜ਼ਾਈਨਿੰਗ ਐਂਡ ਪ੍ਰਿੰਟਿੰਗ, ਠੀਕ ਹੈ, ਮਿੰਟੋ ਮਿੰਟੀ ਪਿੱਕ ਕਰਨ ਵਾਲੀਆਂ ਚੀਜ਼ਾਂ, ਤਿਉਹਾਰਾਂ ਦਿਨ ਨੇ, ਕਿਸੇ ਨੂੰ ਦੇਣਾ ਲੈਣਾ
ਏ ਕਲਾਸ ਚੀਜ਼ ਤੁਹਾਡੇ ਕੋਲ ਪਹੁੰਚਣ ਵਾਲੀ ਹੈ। ਲਓ ਜੀ ਅਗਲਾ ਮਹਿਰੂਮ, ਲਓ ਜੀ ਅਗਲਾ ਆ ਗਿਆ ਮਹਿਰੂਮ। ਇਹਦੇ ਵਿੱਚ ਵੀ ਸਾਡੇ ਕੋਲ ਦੋ ਦੋ ਸੂਟ ਹੋਣਗੇ। ਲਓ ਆ ਗਿਆ ਇਹਦੇ 'ਤੇ ਵਰਕ, ਇੱਦਾਂ ਗਲੇ ਦੇ ਉੱਤੇ ਪੱਟੀ ਆ ਗਈ, ਠੀਕ ਹੈ। ਪ੍ਰਿੰਟ ਤੁਸੀਂ ਨੋਟ ਕਰ ਲਓ। ਆ ਗਿਆ ਇਹਦਾ ਬੋਟਮ ਦੁਪੱਟਾ, ਤੁਹਾਨੂੰ ਇਹਦਾ ਵੀ ਖੋਲ੍ਹ ਕੇ ਦਿਖਾ ਦਿੰਦੇ ਹਾਂ, ਕਿਉਂਕਿ ਪ੍ਰਿੰਟਿੰਗ ਦੁਪੱਟੇ ਦੀ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈ, ਉਹਦੇ ਹਿਸਾਬ ਨਾਲ ਪਤਾ ਲੱਗਦਾ ਵੀ ਕੈਸੀ ਗੈਟਅਪ ਆਊਗੀ ਸੂਟ ਦੀ। ਲਓ ਦੇਖੋ, ਠੀਕ ਹੈ, ਆਹ ਤੁਹਾਨੂੰ ਮਿਲ ਰਿਹਾ ਸਿਰਫ 2000 ਰੁਪਏ ਦੇ, 2260 ਸੋਰੀ 2260 ਰੁਪਏ 'ਚ, 2260 ਦੇ ਵਿੱਚ ਸੂਟ ਤੁਹਾਡੇ ਘਰ ਆ ਜਾਊਗਾ। ਅਗਲਾ ਪੈਟਰੋਲ, ਪੈਟਰੋਲ ਜਾਈਏ, ਹਾਂ ਠੀਕ ਹੈ ਜੀ, ਪੈਟਰੋਲ ਕਲਰ ਹੈ, ਨੋਟ ਕਰ ਲਓ। ਇਸ ਤਰ੍ਹਾਂ ਵਰਕ ਹੋਊਗਾ, ਇਸ ਤਰ੍ਹਾਂ ਇਹਦੇ 'ਤੇ ਗਲੇ 'ਤੇ ਹੋਊ। ਆ ਇਹਦਾ ਹੋ ਗਿਆ ਬੋਟਮ, ਕਰੇਪ ਦਾ ਹੀ ਬੋਟਮ ਹੋਊਗਾ। ਆਹ ਤੁਹਾਨੂੰ ਮਿਲੂਗਾ ਇਹਦੇ ਉੱਤੇ ਪ੍ਰਿੰਟ, ਭਰਵੀਂ ਲੁੱਕ ਦਾ ਮੁਗਲਾਈ ਪ੍ਰਿੰਟ ਜਿਹਦੇ ਵਿੱਚ ਬਣਿਆ ਹੋਇਆ, ਬਹੁਤ ਸੋਹਣਾ ਦੁਪੱਟਾ, ਠੀਕ ਹੈ ਜੀ, ਸਿਰਫ 2260 ਰੁਪਏ 'ਚ। ਲਓ ਜੀ ਅਗਲਾ ਦੇਖੋ, ਬਹੁਤ ਹੀ ਕਲਾਸੀਕਲ ਜਿਹਾ ਪ੍ਰਿੰਟ ਹੈ, ਠੀਕ ਹੈ। ਇਹ ਤੁਹਾਨੂੰ ਮਿਲ ਰਿਹਾ ਇਹਦੇ ਨਾਲ ਕਰੇਪ ਦੀ ਹੀ ਬੋਟਮ, 52 ਕਲਰ ਹੈ। ਅਤੇ ਦੁਪੱਟਾ ਤੁਹਾਨੂੰ ਇਹਦਾ ਵੀ ਖੋਲ੍ਹ ਕੇ ਦਿਖਾ ਦਿੰਦੇ ਹਾਂ, ਕਿਉਂਕਿ ਦੁਪੱਟੇ ਦੀ ਪ੍ਰਿੰਟਿੰਗ 'ਚ ਫਰਕ ਹੈ ਸਾਰਿਆਂ ਦੇ, ਇਸ ਕਰਕੇ ਦਿਖਾ ਰਹੀ ਹਾਂ ਸਾਰਿਆਂ ਦੇ ਖੋਲ ਕੇ। ਲਓ ਜੀ ਆਹ ਦੁਪੱਟਾ ਆਊਗਾ ਨਾਲ, ਠੀਕ ਹੈ, 2260 'ਚ ਚਨੌਨ ਦੇ ਦੁਪੱਟੇ ਨਾਲ ਸੂਟ ਤੁਹਾਡੇ ਘਰ, ਖੁੱਲ੍ਹੇ ਡੁੱਲੇ ਦੁਪੱਟੇ ਹੈ। ਅਗਲਾ ਆ ਗਿਆ ਜੀ ਚਾਰਕੋਲ ਬਲੈਕ, ਤਿੱਖਾ ਬਲੈਕ ਨਹੀਂ ਹੈ, ਨਾਗ ਦੇ ਬੱਚੇ ਵਾਲਾ ਬਲੈਕ ਨਹੀਂ ਹੈ, ਇਹ ਚਾਰਕੋਲ ਬਲੈਕ ਹੈ। ਲਓ ਜੀ ਪ੍ਰਿੰਟਿੰਗ ਦੇਖੋ, ਬਹੁਤ ਸੋਹਣੀ ਪ੍ਰਿੰਟਿੰਗ ਹੈ, ਅਤੇ ਆਰਾਮ ਨਾਲ ਜਿਵੇਂ ਮਰਜ਼ੀ ਤੁਸੀਂ ਪਹਿਨੋ, ਗਿਫਟ ਕਰੋ, ਵਾਸ਼ ਕਰ ਕਰਕੇ ਪਾਓ। ਮੈਂ ਦੇਖ ਰਹੀ ਸੀਗੀ ਕਲਰ, ਹਾਂ ਉਹ ਦੇਖ ਲਓ ਚਾਰਕੋਲ ਬਲੈਕ ਹੀ ਹੈ, ਠੀਕ ਹੈ। ਅਤੇ ਦੁਪੱਟਾ ਤੁਹਾਨੂੰ ਇਹਦਾ ਵੀ ਖੋਲ੍ਹ ਕੇ ਦਿਖਾ ਦਿੰਦੇ ਹਾਂ ਅਸੀਂ। ਲਓ ਜੀ ਦੇਖੋ ਦੁਪੱਟਾ, ਬਹੁਤ ਸੋਹਣੀਆਂ ਚੀਜ਼ਾਂ ਦੇਣੀਆਂ ਤੁਹਾਨੂੰ, ਔਰ ਬਹੁਤ ਜੈਨੂਨ ਪ੍ਰਾਈਸ 'ਤੇ ਦੇਵਾਂਗੇ, ਸਿਰਫ 2260 ਦੇ ਵਿੱਚ। ਸਿਮਰ ਬ੍ਰਾਂਡ ਦਾਸ ਗਰੁੱਪ ਵਾਲਿਆਂ ਦਾ ਏ ਕਲਾਸ ਫੈਬਰਿਕ ਬਣਾਉਂਦਾ, ਕੋਈ ਕੰਪਲੇਂਟ ਨਹੀਂ ਇਹਨਾਂ ਦੇ ਫੈਬਰਿਕ ਦੀ, ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਦਿੰਦੇ ਹਾਂ ਆਪਾਂ ਕੁਛ ਕੋਟਨ ਬੇਸ ਫੈਬਰਿਕ, ਬਹੁਤ ਸੋਹਣਾ ਫੈਬਰਿਕ ਦੇਣਾ ਤੁਹਾਨੂੰ, ਪਿਓਰ ਕੋਟਨ, ਨੋ ਮਿਕਸਿੰਗ, ਬਿਲਕੁਲ ਵੀ ਮਿਕਸਿੰਗ ਨਹੀਂ ਹੋਊਗੀ। ਏ ਕਲਾਸ ਪਿਓਰ ਕੋਟਨ ਦਾ ਸੂਟ ਹੋਊਗਾ, ਠੀਕ ਹੈ, ਵਿਦਆਊਟ ਲਾਈਨਿੰਗ ਬਣੂਗਾ, ਸੈਲਫ ਪ੍ਰਿੰਟਿੰਗ ਹੈਗੀ ਹੈ ਵਿੱਚ, ਫਿਰ ਇੱਧਰ ਮਿਰਰ ਵਰਕ, ਠੀਕ ਹੈ, ਅਤੇ ਨਾਲ ਸਾਰੇ ਦੇ ਉੱਤੇ ਹਾਈਲਾਈਟ, ਅਤੇ ਨਾਲ ਇੱਕ ਹੋਰ ਵਰਕ ਹੋਇਆ ਵਿਆ, ਮਤਲਬ ਪੂਰਾ ਲੋਡਡ ਹੈ ਸੂਟ, ਅਤੇ ਇੱਥੋਂ ਸ਼ੁਰੂ ਹੋ ਕੇ ਅਤੇ ਸਾਰੀ ਜਿਹੜੀ ਇਹ ਫਰੰਟ ਹੈ ਸਾਰਾ ਹੀ ਤੁਹਾਨੂੰ ਵਰਕ ਮਿਲ ਰਿਹਾ, ਸਾਰੇ ਦੇ ਉੱਤੇ ਹਾਈਲਾਈਟ ਹੈ, ਭੋਰਾ ਵੀ ਨਹੀਂ ਛੱਡਿਆ ਹੋਇਆ ਇਹਨਾਂ ਨੇ। ਇਹਦਾ ਬੋਟਮ ਹੋਊਗਾ ਪਿਓਰ ਕੋਟਨ ਦਾ, ਠੀਕ ਹੈ, ਅਤੇ ਬੈਕ ਸੇਮ ਪ੍ਰਿੰਟ ਹੋਊਗਾ, ਠੀਕ ਹੈ ਜੀ। ਅਤੇ ਦੁਪੱਟਾ ਤੁਹਾਨੂੰ ਇਹਦਾ ਖੋਲ੍ਹ ਕੇ ਦਿਖਾ ਦਿੰਦੇ ਹਾਂ, ਪਿਓਰ ਦਾ ਦੁਪੱਟਾ ਹੋਊਗਾ, 2.25 ਮੀਟਰ ਹੋਊਗਾ, ਠੀਕ ਹੈ, ਹਲੋ ਆਹ ਦੁਪੱਟਾ ਹੋਊਗਾ ਨਾਲ, 2.25 ਮੀਟਰ ਦਾ ਪਿਓਰ ਦਾ ਦੁਪੱਟਾ, ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 1850 ਰੁਪਈਏ, 1850 ਦੇ ਵਿੱਚ ਸੂਟ ਤੁਹਾਡੇ ਘਰ। ਲਓ ਜੀ
ਅਗਲਾ ਸੇਮ ਦਾ ਕਲਰ ਹੈ ਜਿਹੜਾ ਤੁਹਾਨੂੰ ਹੁਣੇ ਖੋਲ ਕੇ ਦਿਖਾਇਆ, ਇੰਗਲਿਸ਼ ਜਿਹਾ ਕਲਰ ਹੈ, ਬਹੁਤ ਸੋਹਣਾ ਵਰਕ ਪ੍ਰੋਪਰ ਹੋਇਆ ਹੋਇਆ ਸੂਟ ਦੇ ਉੱਤੇ, ਠੀਕ ਹੈ, ਪੂਰਾ ਲਸ਼ ਲਸ਼ ਕਰ ਦਾ ਸੂਟ ਰੈਡੀ ਹੋਇਆ ਹੋਇਆ, ਪ੍ਰੋਪਰ ਕੰਮ ਹੋਇਆ ਹੋਇਆ, ਇਹਨੇ ਪ੍ਰੋਪਰ ਡਿਫਰੈਂਟ ਜਿਹੀ ਜਰੀ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ, ਠੀਕ ਹੈ। ਅਤੇ ਇਹ ਇਹਦਾ ਦੁਪੱਟਾ, ਇਹ ਇਹਦਾ ਹੋ ਗਿਆ ਬੋਟਮ। ਪ੍ਰਾਈਸ ਮਿਲੂਗਾ ਸਿਰਫ 1850 ਰੁਪਏ। ਵਿਦਆਊਟ ਲਾਈਨਿੰਗ ਸੂਟ ਬਣੂਗਾ। ਅਗਲਾ ਕਲਰ ਇਹ ਆ ਗਿਆ, ਠੀਕ ਹੈ ਜੀ, ਇਹ ਦੁਪੱਟਾ ਹੋ ਗਿਆ ਇਹਦਾ। ਅਗਲਾ ਆ ਗਿਆ ਇਹ ਵਾਲਾ ਗ੍ਰੇ, ਠੀਕ ਹੈ, ਜਿਹੜਾ ਮਰਜ਼ੀ ਏਜ ਗਰੁੱਪ ਹੈ, ਮਿੰਟ ਇੱਕ ਹੀ ਲਾਉਣਾ ਸੂਟ 'ਤੇ, ਠੀਕ, ਸੋਚਣ ਵਾਲਾ ਕੋਈ ਸੌਦਾ ਨਹੀਂ ਗਾ, ਏ ਕਲਾਸ ਚੀਜ਼ ਆਉਣੀ ਹੈ। ਇੰਨਾ ਸਾਰਾ ਵਰਕ ਵਿਦ ਦੁਪੱਟਾ 1850 'ਚ ਸੂਟ ਤੁਹਾਡੇ ਘਰ ਆ ਜੂਗਾ। ਹੁਣ ਤੁਹਾਨੂੰ ਮੈਂ ਸਾਰੇ ਰੰਗ ਕੇ ਦਿਖਾ ਦਿੰਦੀ ਹਾਂ ਫਟਾਫਟ, ਲਿਓ ਵੀ ਕੁੜੀਓ। ਇੰਨੇ ਹੋ ਗਏ, ਚਾਰ ਕਲਰ ਸੀ ਇਹਦੇ 'ਚ, ਹਾਂ ਚੌਥਾ ਕਲਰ ਵੀ ਦਿਖਾ ਦਿੰਦੇ ਹਾਂ ਤੁਹਾਨੂੰ। ਲਓ ਜੀ, ਇਹ ਚਾਰ ਕਲਰ ਨੇ, ਇੱਕ ਇਹ ਹੋਇਆ ਇੰਗਲਿਸ਼ ਜਿਹਾ, ਫਿਰ ਇਹ ਮਸਟਰਡ ਜਿਹਾ ਹੋ ਗਿਆ, ਗ੍ਰੇ ਐਂਡ ਗਾਜਰੀ, ਠੀਕ ਹੈ ਜੀ। ਲਓ ਜੀ, ਅਗਲਾ ਸੂਟ ਸ਼ੁਰੂ ਕਰਦੇ ਹਾਂ। ਹਾਂ ਬਸ ਇਹਨਾਂ ਦਾ ਜਿਹੜਾ ਉੱਤੇ ਵਰਕ ਵੁਰਕ ਜਿਹਾ ਸਟਾਈਲ ਹੈ ਉਹ ਡਿਫਰੈਂਟ ਹੈ, ਇਸ ਕਰਕੇ ਇੱਕ ਪੂਰਾ ਸੂਟ ਖੋਲ ਲੈਂਦੇ ਹਾਂ ਆਪਾਂ। ਲਓ ਜੀ, ਇਹਦੇ ਇਸ ਤਰ੍ਹਾਂ ਦਾ ਹੋਊਗਾ ਪੂਰੇ ਹੀ ਸੂਟ ਦੇ ਵਿੱਚ, ਫਰੰਟ ਦੇ ਉੱਤੇ ਇਸ ਤਰ੍ਹਾਂ ਹਾਈਲਾਈਟਿੰਗ ਹੈ ਦੇਖੋ, ਠੀਕ ਹੈ, ਸਾਰੇ ਫੁੱਲਾਂ ਦੇ ਉੱਤੇ, ਠੀਕ ਹੈ, ਸਿੱਪੀ ਵਰਕ ਵੀ ਹੈ ਨਾਲ, ਆਹ ਫੁੱਲ ਵੀ ਸਾਰੇ ਜਿੰਨੇ ਤੁਹਾਨੂੰ ਦਿਖ ਰਹੇ ਹੈ ਸਾਰਿਆਂ ਦੇ ਉੱਤੇ ਵਰਕ ਹੋਇਆ ਹੋਇਆ, ਠੀਕ। ਨੀਚੇ ਲੇਸ ਦੀ ਐਡੀਸ਼ਨ ਹੈ, ਇਹਦਾ ਬੋਟਮ ਹੈ, ਬਿਲਕੁਲ ਪਿਓਰ ਕੋਟਨ ਹੋਊਗੀ, ਕੋਈ ਮਿਕਸਿੰਗ ਨਹੀਂ, ਠੀਕ ਹੈ। ਅਤੇ ਦੁਪੱਟਾ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ, ਇਹਦਾ ਵੀ ਹੋਊਗਾ 2.5 ਮੀਟਰ ਦੁਪੱਟਾ, ਠੀਕ ਹੈ। ਲਓ ਆਹ ਤੁਹਾਨੂੰ ਮਿਲ ਰਿਹਾ ਇਹਦੇ ਨਾਲ, ਬਹੁਤ ਹੀ ਏ ਕਲਾਸ ਜਿਹਾ ਪਿਓਰ ਦਾ 2.25 ਮੀਟਰ ਦਾ ਦੁਪੱਟਾ, ਠੀਕ ਹੈ। ਅਤੇ ਪ੍ਰਾਈਸ ਇਹਦਾ ਵੀ 1850 ਰੁਪਏ, 1850 'ਚ ਸੂਟ ਤੁਹਾਡੇ ਘਰ। ਲਓ ਜੀ, ਅਗਲਾ ਕਲਰ ਆ ਗਿਆ ਇਹਦੇ 'ਚ ਗਾਜਰੀ, ਠੀਕ ਹੈ, ਆ ਇਹਦਾ ਹੋ ਗਿਆ ਦੁਪੱਟਾ। ਅਗਲਾ ਆ ਗਿਆ ਇੰਗਲਿਸ਼ ਫਿਰੋਜ਼ੀ ਜਿਹਾ, ਹੈ ਨਾ, ਫਿਰੋਜ਼ੀ ਸੀ ਗ੍ਰੀਨ ਦੇ ਵਿੱਚ ਵਿਚਾਲਾ ਜਿਹਾ, ਠੀਕ ਆ ਗਿਆ, ਬਸ ਤੁਹਾਡੇ ਕੋਲ ਠੀਕ ਆ ਗਿਆ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਤਿੰਨੋਂ ਕਲਰ ਰੱਖ ਕੇ ਦਿਖਾ ਦਿੰਦੀ ਹਾਂ। ਲਓ ਜੀ, ਆਹ ਤਿੰਨ ਕਲਰ ਨੇ ਇਹਦੇ 'ਚ, ਠੀਕ ਹੈ। ਲਓ ਜੀ, ਅਗਲਾ ਬਹੁਤ ਪਿਆਰੀ ਚੀਜ਼ ਦੇਣ ਲੱਗੀ ਹਾਂ ਤੁਹਾਨੂੰ, ਪਿਓਰ ਕੋਟਨ ਹੋਊਗੀ ਇਹ ਵੀ, ਠੀਕ ਹੈ, ਮਿਕਸਿੰਗ ਕੋਈ ਨਹੀਂ ਇਹਨਾਂ 'ਚ। ਪਹਿਲਾਂ ਤੁਹਾਨੂੰ ਸ਼ਰਟ ਦੀ ਡਿਟੇਲ ਦਿਖਾ ਦਿੰਦੀ ਹੈ। ਲਓ ਜੀ, ਆਹ ਸਾਰਾ ਤੁਹਾਨੂੰ ਜਿਹੜਾ ਗਲੇ 'ਤੇ ਮਿਲ ਰਿਹਾ ਹੈ ਇਹ ਵੀ, ਅਤੇ ਆਹ ਸਾਰੇ ਫੁੱਲ ਜਿਹੜੇ ਨਿੱਕੇ ਨਿੱਕੇ ਦਿਖ ਰਹੇ, ਇਹ ਸਾਰਾ ਵਰਕ ਹੈ, ਇਹ 'ਚ ਕੋਈ ਪ੍ਰਿੰਟਿੰਗ ਨਹੀਂ, ਗਲੇ ਦੇ ਉੱਤੇ ਪੂਰਾ ਵਰਕ ਮਿਲੇਗਾ। ਫਿਰ ਪ੍ਰਿੰਟਿੰਗ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਨੀਚੇ ਨੂੰ, ਇੱਕ ਵੱਡਾ ਜਿਹਾ ਕਲਾਸੀਕਲ ਜਿਹਾ ਫੁੱਲ, ਠੀਕ ਹੈ। ਇਹ ਆ ਗਈਆਂ ਬਾਹਾਂ, ਬੈਕ ਸਾਈਡ ਬਹੁਤ ਪਿਆਰਾ ਜਿਹਾ ਬਾਰਡਰ, ਅਤੇ ਇਹ ਤੁਹਾਨੂੰ ਮਿਲੇਗਾ ਨੈੱਕ ਦੇ ਉੱਤੇ, ਠੀਕ ਹੈ ਜੀ। ਇਹ ਹੋ ਗਿਆ ਤੁਹਾਡਾ ਸ਼ਰਟ 100% ਪਿਓਰ ਕੋਟਨ, ਵਿਦਆਊਟ ਲਾਈਨਿੰਗ ਸੂਟ ਬਣਾ ਲਿਓ ਤੁਸੀਂ ਬੇਫਿਕਰ ਹੋ ਕੇ। ਅਤੇ ਇਹ ਇਹਦੀ ਬੋਟਮ, ਠੀਕ ਹੈ, 2.5 ਮੰਨ ਕੇ ਚੱਲਣੀ ਹੈ, ਹੋਊਗੀ ਤਾਂ 260-270, ਠੀਕ ਹੈ ਜੀ, ਪਿਓਰ ਕੋਟਨ ਦੀ ਹੀ ਬੋਟਮ ਹੋਊਗੀ। ਅਤੇ ਦੁਪੱਟਾ ਤੁਹਾਨੂੰ ਇਹਦਾ
ਖੋਲ ਕੇ ਦਿਖਾਉਣੀ ਹੈ। ਕੋਟੇ ਦਾ ਦੁਪੱਟਾ ਤੇ ਇੰਨਾ ਪਿਆਰਾ ਲੋਚ, ਦੇਖੋ ਦੇਖੋ ਦੁਪੱਟਾ, ਕੋਈ ਮਿਕਸਿੰਗ ਨਹੀਂ ਕੋਟੇ ਦੇ ਦੁਪੱਟੇ 'ਚ, ਸੋਫਟ ਕੋਟਾ ਕੋਟਨ ਤੇ ਟਾਈ ਡਾਈ ਜੀ ਬੜੀ ਸੋਹਣੀ ਹੋਈ ਵੀ ਹੈ ਤੇ ਉਹਦੇ ਉੱਤੇ ਪ੍ਰਿੰਟਿੰਗ, ਠੀਕ ਹੈ। ਤੇ ਇਹ ਤੁਹਾਨੂੰ ਮਿਲਣਾ ਜੀ, ਪਿਕ ਹੋਈ ਵੀ ਹੈ, ਠੀਕ। ਤੇ ਪ੍ਰਾਈਸ ਮਿਲਣਾ 1500 ਰੁਪਇਆ, ਠੀਕ ਹੈ ਜੀ। ਇਹਦਾ ਦੁਪੱਟਾ ਮੇਣੀ ਪੁੱਤ ਕਿੰਨਾ ਹੈ, ਦੁਪੱਟਾ ਮੇਣ ਬੜਾ ਜਾ ਸਵਾ ਦੋ ਹੋਊਗਾ ਵੈਸੇ, ਪਰ ਮੇਣ ਦੋ। ਲਓ ਜੀ ਅਗਲੇ ਦਾ ਕਲਰ ਨੋਟ ਕਰ ਲਓ, ਸੇਮ ਦਾ, ਠੀਕ ਹੈ। ਆਹ ਦੁਪੱਟਾ ਹੋ ਗਿਆ, ਜਾਮਨੀ ਜਿਹਾ ਕਲਰ ਹੈ ਇਹਦਾ, ਲਵੈਂਡਰ, ਉਹਦਾ ਪਿੰਕ ਸੀ, ਇਹਦਾ ਲਵੈਂਡਰ ਹੈ। ਲਓ ਜੀ ਅਗਲਾ ਡਿਫਰੈਂਟ ਹੈ, ਸਵਾ ਦੋ ਮੀਟਰ ਹੈ ਜੀ ਮਿਣਤਾ ਅਸੀਂ ਦੁਪੱਟਾ, ਠੀਕ ਹੈ। ਕੋਟੇ ਦਾ ਮਿਕਸਿੰਗ ਬਿਲਕੁਲ ਨਹੀਂ ਹੋਊਗੀ ਕੋਟੇ ਦੇ ਵਿੱਚ। ਲਓ ਜੀ ਆਹ ਤੁਹਾਨੂੰ ਮਿਲੂਗਾ ਜੀ ਗਲੇ ਦੇ ਉੱਤੇ ਹੈਵੀ ਵਰਕ, ਪੂਰਾ ਭਰ ਕੇ ਵਰਕ ਹੋਇਆ ਵਾ ਗਲੇ 'ਤੇ, ਠੀਕ ਹੈ। ਆਹ ਸਾਰਾ ਵਰਕ ਹੀ ਹੋਇਆ ਵਿਆ, ਸਿੱਪੀ ਵਰਕ ਵੀ ਹੈ ਨਾਲ। ਫਿਰ ਨੀਚੇ ਆ ਗਿਆ ਇਸ ਤਰ੍ਹਾਂ ਪ੍ਰਿੰਟ, ਘੇਰੇ ਦੇ ਉੱਤੇ ਬਹੁਤ ਹੀ ਖਿੜਵੀਂ ਲੁੱਕ ਦਾ ਪ੍ਰਿੰਟ ਹੈ। ਅਤੇ ਨਾਲ ਤੁਹਾਨੂੰ ਆਹ ਬਾਜੂ 'ਤੇ ਆ ਗਿਆ, ਬੈਕ ਸਾਈਡ ਇੱਦਾਂ ਹੋਊਗਾ, ਠੀਕ ਹੈ। ਆਹ ਤੁਹਾਨੂੰ ਮਿਲ ਜੂਗਾ ਗਰਦਨ 'ਤੇ, ਠੀਕ ਹੈ। ਆਹ ਤੁਹਾਡੀ ਬੈਕ ਸਾਈਡ ਹੋ ਗਈ, ਆਹ ਤੁਹਾਡੀਆਂ ਬਾਹਾਂ ਵਾਸਤੇ ਆ। ਵੈਸੇ ਚਾਰ ਥਾਂ ਦੇ ਪ੍ਰਿੰਟ ਦੇ ਦਿੰਦੇ ਨੇ ਇਹ, ਕੱਢ ਕੇ ਤੁਹਾਡਾ ਟੇਲਰ ਜੇ ਪਲਾਜ਼ੋ ਦੇ ਉੱਤੇ ਫਿੱਟ ਕਰ ਸਕਦਾ ਹੋਇਆ ਤਾਂ ਇੱਕ ਫੁੱਲ ਤੁਸੀਂ, ਇੱਕ ਇੱਕ ਫੁੱਲ, ਚਾਰ ਫੁੱਲ ਨੇ ਇਸ ਤਰ੍ਹਾਂ ਦੇ, ਤੁਸੀਂ ਆਪਣੇ ਪਲਾਜ਼ੋ 'ਤੇ ਫਿੱਟ ਕਰ ਸਕਦੇ ਹੋ। ਆਹ ਤੁਹਾਡੇ ਬੈਕ ਸਾਈਡ ਦੇ ਨਾ ਕੋਰਨਰਸ 'ਤੇ ਆਊਗਾ ਘੇਰੇ ਦੇ ਉੱਤੇ ਫੁੱਲ। ਲਓ ਜੀ ਫਿਰ ਇਹਦਾ ਦੁਪੱਟਾ ਵੀ ਦਿਖਾ ਦਿੰਦੇ ਹਾਂ। ਲਓ ਦੇਖੋ ਕਿੰਨੀ ਖਿੜਵੀਂ ਲੁੱਕ ਦਾ ਸੂਟ ਹੈ, 1500 ਰੁਪਏ ਦੇ ਵਿੱਚ, ਵਿਦ ਦੁਪੱਟਾ ਵਿਦ ਵਰਕ, ਪਿਓਰ ਕੋਟਨ ਦਾ ਸੂਟ ਤੁਹਾਡੇ ਘਰ ਤੱਕ ਆਉਣੇ। ਅਗਲਾ ਲਓ ਜੀ ਬਿਸਕੁਟੀ ਸਕਿਨ ਜਿਹਾ ਕਲਰ ਲੱਗ ਰਿਹਾ ਮੈਨੂੰ ਇਹ, ਹੁਣ ਐਂ ਨਾ ਹੋਵੇ ਵੀ ਤੁਹਾਡੇ ਵਿੱਚ ਸਾਡੇ ਬਿਸਕੁਟਾਂ ਦਾ ਫਰਕ ਹੋਵੇ, ਵੈਸੇ ਬਿਸਕੁਟ ਹੁੰਦੇ ਤਾਂ ਨਹੀਂ ਇਹ ਜੇ। ਲਓ ਜੀ ਆਹ ਤੁਹਾਨੂੰ ਮਿਲ ਰਿਹਾ ਗਲੇ ਦੇ ਉੱਤੇ ਵਰਕ, ਸਿੱਪੀ ਵਰਕ ਵੀ ਹੈ ਨਾਲ ਇੱਥੋਂ ਤੱਕ, ਠੀਕ ਹੈ। ਆਹ ਫੁੱਲ ਵੀ ਵਰਕ ਦਾ ਹੀ ਹੈ। ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਪ੍ਰਿੰਟ, ਠੀਕ। ਦੇਖੋ ਪ੍ਰਿੰਟ ਹੀ ਪਹਿਲਾਂ ਤਾਂ ਬਹੁਤ ਸੋਹਣਾ, ਦੇਖੋ ਐਂ ਲੱਗਦਾ ਹੈਂਡ ਪੇਂਟ ਹੁੰਦਾ ਹੈ। ਦੇਖੋ ਘੇਰੇ ਤੱਕ ਗਿਆ, ਫਿਰ ਨੀਚੇ ਕਲਾਸੀਕਲ ਜਿਹਾ ਘੇਰਾ ਬਣਿਆ ਹੋਇਆ ਪ੍ਰਿੰਟ 'ਚ, ਇਹ ਬਾਹਾਂ ਆ ਗਈਆਂ, ਬੈਕ ਸਾਈਡ ਦੇਖੋ ਕਿੰਨਾ ਪਿਆਰਾ, ਇਹਨਾਂ ਦਾ ਪ੍ਰਿੰਟਿੰਗ ਹੀ ਬਹੁਤ ਸੋਹਣੀ ਸੋਹਣੀ ਹੈ। ਅਤੇ ਐਡੀਸ਼ਨਲ ਇਹਦੇ ਗਲੇ ਦੇ ਉੱਤੇ ਪਿੱਛੇ ਬੈਕ ਸਾਈਡ 'ਤੇ ਫੁੱਲ ਹੋਊਗਾ, ਆ ਇਹਦੀ ਬੋਟਮ ਹੋਊਗੀ। ਅਤੇ ਹੁਣ ਮੈਨੂੰ ਸਿੱਧਾ ਹੀ ਕਰਦਾ ਕਿਉਂਕਿ ਜਦੋਂ ਮੈਂ ਇਹਦੇ ਦੁਪੱਟਾ ਰੱਖੂੰਗੀ ਫਿਰ ਤੁਹਾਨੂੰ ਤਾਂ ਹੀ ਅੱਛਾ ਲੱਗੂਗਾ। ਲਓ ਜੀ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਖੋਲ੍ਹ ਕੇ ਦਿਖਾਉਂਦੀ ਹਾਂ। ਲਓ ਜੀ ਦੇਖੋ ਦੁਪੱਟਾ, ਸੂਟ ਦੀ ਨਿਕਲ ਜਾਣੀ ਟੌਰ, ਸੋਫਟ ਦੁਪੱਟਾ ਜੋ ਤੁਸੀਂ ਲੈਣਾ ਉੱਤੇ, ਲਓ ਠੀਕ ਹੈ। ਪ੍ਰਾਈਸ ਸਿਰਫ 1500 ਰੁਪਇਆ। ਇਹਦੇ ਵਿੱਚ ਇੱਕ ਇਹ ਮਿਲੂਗਾ ਗ੍ਰੇ ਕਲਰ ਹੈ ਅਤੇ ਉਹਨੂੰ ਨਾਭੀ ਦੁਪੱਟਾ ਲੱਗਿਆ ਹੋਇਆ। ਹੁਣ ਥੋੜ੍ਹਾ ਜਿਹਾ ਇਹ ਵੀ ਖੋਲ੍ਹ ਹੀ ਦਿੰਦੀ ਹਾਂ ਲਾਸਟ ਸੂਟ ਆਫ ਦਾ ਵੀਡੀਓ। ਲਓ ਜੀ ਦੇਖੋ ਗ੍ਰੇ ਦੇ ਉੱਤੇ ਮੈਰੂਨ, ਜਿਹੜਾ ਮਰਜ਼ੀ ਏਜ ਗਰੁੱਪ ਹੈ, ਚਾਹੇ ਤੁਸੀਂ ਯੰਗ ਹੋ ਚਾਹੇ ਤੁਸੀਂ ਸੀਨੀਅਰ ਹੋ, ਤੁਹਾਨੂੰ ਇਹ ਬਹੁਤ ਜਚਣ ਵਾਲਾ ਸੂਟ। ਆ ਬਾਰਡਰ ਬਹੁਤ ਸੋਹਣਾ ਇੰਗਲਿਸ਼ਤਾਨੀ ਜਿਹਾ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਇਹਦੇ ਨਾਲ ਵੀ ਖੋਲ੍ਹ ਕੇ ਦਿਖਾ ਹੀ ਦਿੰਦੀ ਹਾਂ, ਹੁਣ ਕੰਮ ਛੱਡਣਾ ਇੱਕ ਨੂੰ। ਗ੍ਰੇ ਐਂਡ ਮੈਰੂਨ ਦਾ ਬਹੁਤ ਪਿਆਰਾ ਜਿਹਾ ਕੰਬੀਨੇਸ਼ਨ ਹੈ, ਔਰ ਪ੍ਰਾਈਸ ਸਿਰਫ
1500 ਰੁਪਈਆ, ਉਹ ਵੀ ਘਰ ਤੱਕ ਆਉਣ ਦਾ। ਲਓ ਇਹਦੇ ਵਿੱਚ ਗ੍ਰੇ ਪ੍ਰਿੰਟਿੰਗ ਮੈਰੂਨ ਦੇ ਨਾਲ, ਠੀਕ ਹੈ, 1500 'ਚ ਸੂਟ ਤੁਹਾਡੇ ਘਰ ਆ ਜੂਗਾ। ਸੋ ਇਹ ਸੀ ਸਾਡੀ ਅੱਜ ਦੀ ਕੁਲੈਕਸ਼ਨ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ। ਲਾਈਕ ਸ਼ੇਅਰ ਅਤੇ ਕਮੈਂਟ ਬਿਲਕੁਲ ਨਹੀਂ ਭੁੱਲਣਾ, ਉਹ ਕਰਦੇ ਰਹਿਣਾ, ਠੀਕ ਹੈ ਜੀ। ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ, ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵਰਾਇਟੀ ਲੈ ਕੇ ਮਿਲਾਂਗੇ।